Hey guys, subscribe and press the bell icon to never miss a video from Gabru. ਪੰਜਾਬੀ 뮤직 ਇੰਡਸਟਰੀ ਦੇ ਵੱਡੇ ਕਲਾਕਾਰ ਯਾਨੀ ਕਿ ਵੱਡਾ ਗਰੇਵਾਲ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਗਾਣਾ ਆਇਆ ਸੀ ਕਾਲਾ ਮਾਲ ਤੇ ਉਸ Song ਤੋਂ ਬਾਅਦ ਹੀ ਉਹਨਾਂ ਨੇ ਆਪਣਾ ਨਵਾਂ Song ਰਿਲੀਜ਼ ਕਰ ਦਿੱਤਾ ਸੀ ਜਿਸ Song ਦਾ ਟਾਈਟਲ ਸੀ ਯਾਰਾਂ ਦੀ ਯਾਰੀ ਸੋ ਇਸ ਗਾਣੇ ਦੇ ਨਾਲ ਉਹਨਾਂ ਨੇ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਐਕਸਪੀਰੀਅੰਸ ਨੂੰ ਸਾਡੇ ਸਭ ਦੇ ਨਾਲ ਸ਼ੇਅਰ ਕੀਤਾ ਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਗਾਣੇ ਦੇ ਵਿੱਚ ਜਿਹੜੀ ਕਹਾਣੀ ਉਹਨਾਂ ਵੱਲੋਂ ਬਿਆਨ ਕੀਤੀ ਗਈ ਸੀ ਉਹ ਸਿਰਫ ਵੱਡਾ ਗਰੇਵਾਲ ਦੇ ਨਾਲ ਹੀ ਰਿਲੇਟ ਨਹੀਂ ਕਰਦੀ ਬਲਕਿ ਪੰਜਾਬ ਦੇ ਹਰ ਗੱਭਰੂ ਦੇ ਨਾਲ ਇਸ ਗਾਣੇ ਦੀਆਂ ਕੁਝ ਯਾਦਾਂ ਮੇਲ ਖਾਂਦੀਆਂ ਨੇ ਸੋ ਸਾਡੇ ਸਭ ਦੀਆਂ ਯਾਦਾਂ ਤਾਜ਼ਾ ਕਰਨ ਤੋਂ ਬਾਅਦ ਹੁਣ ਵੱਡਾ ਗਰੇਵਾਲ ਥੋੜਾ ਕਨਫਿਊਜ਼ ਨੇ ਆਪਣੇ ਨੈਕਸਟ Song ਨੂੰ ਲੈ ਕੇ ਵੈਸੇ ਹੁਣ ਤੱਕ ਵੱਡਾ ਗਰੇਵਾਲ ਨੇ ਜ਼ਿਆਦਾ ਬੀਟ Song ਹੀ ਗਾਏ ਨੇ ਤੇ ਹੁਣ ਉਹ ਕੁਝ ਨਵਾਂ ਕਰਨ ਦੇ ਚਾਹਵਾਨ ਨੇ ਉਹਨਾਂ ਨੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਨਵਾਂ ਗਾਣਾ ਆਪਣਾ ਸੈਡ ਜਾਂ ਰੋਮਾਂਟਿਕ ਹੋਣਾ ਚਾਹੀਦਾ ਬਾਕੀ ਤੁਸੀਂ ਦੱਸੋ ਕਿਵੇਂ ਦਾ ਕਰੀਏ ਸੋ ਵੱਡਾ ਗਰੇਵਾਲ ਨੂੰ ਰੋਮਾਂਟਿਕ ਅਤੇ ਸੈਡ ਇਹਨਾਂ ਦੋਨਾਂ ਜ਼ੋਨਰਸ ਦੇ ਵਿੱਚ ਅਸੀਂ ਪਹਿਲੀ ਵਾਰ ਸੁਣਾਂਗੇ ਜੇਕਰ ਉਹ ਕੋਈ ਇਦਾਂ ਦਾ Song ਲੈ ਕੇ ਆਉਂਦੇ ਨੇ ਸੋ ਮੈਨੂੰ ਤਾਂ ਲੱਗਦਾ ਹੈ ਕਿ ਉਹਨਾਂ ਨੂੰ ਇਦਾਂ ਦਾ ਇੱਕ ਜ਼ੋਨਰ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ ਬਟ ਬਾਕੀ ਦਾ ਓਪੀਨੀਅਨ ਤਾਂ ਉਹਨਾਂ ਦੇ ਫੈਨਸ ਹੀ ਉਹਨਾਂ ਨੂੰ ਦੇਣਗੇ ਵੱਡਾ ਗਰੇਵਾਲ ਦੇ ਅਪਕਮਿੰਗ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਸਾਨੂੰ ਪੰਜਾਬੀ ਸਿਨੇਮਾ ਦੀਆਂ 3 ਮੂਵੀਜ਼ ਦੇ ਵਿੱਚ ਲਗਾਤਾਰ ਨਜ਼ਰ ਆਉਣਗੇ ਯਾਨੀ ਕਿ ਉਹਨਾਂ ਨੇ ਮੂਵੀ ਜ਼ਿੰਦਗੀ ਜ਼ਿੰਦਾਬਾਦ ਦਾ ਸ਼ੂਟ ਤਾਂ ਕਰ ਹੀ ਲਿਆ ਤੇ ਨਾਲ ਦੀ ਨਾਲ ਉਹ ਸਾਨੂੰ ਨਜ਼ਰ ਆਉਣਗੇ ਵਲੈਤੀ ਯੰਤਰ ਅਤੇ ਇਸ ਤੋਂ ਇਲਾਵਾ ਉਹ ਸਾਨੂੰ ਨਜ਼ਰ ਆਉਣਗੇ ਪੰਜਾਬੀ ਦੀ ਮੱਚ ਵੇਟਡ ਮੂਵੀ ਨਿੱਕਾ ਜੈਲਦਾਰ 3 ਦੇ ਵਿੱਚ ਸੋ ਇਹਨਾਂ ਮੂਵੀਜ਼ ਦੇ ਵਿੱਚ ਉਹਨਾਂ ਦੇ ਕੈਰੈਕਟਰ ਦੀ ਗੱਲ ਕਰੀਏ ਤਾਂ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਇਹ ਕੈਰੈਕਟਰ ਫਨੀ ਕੈਰੈਕਟਰ ਹੋਵੇਗਾ ਕਿਉਂਕਿ ਉਹਨਾਂ ਦੇ ਸੁਭਾਅ ਮੁਤਾਬਿਕ ਉਹਨਾਂ ਦੇ ਕੈਰੈਕਟਰ ਨੂੰ ਹਮੇਸ਼ਾ ਫਾਈਨਲ ਕੀਤਾ ਗਿਆ ਹੈ ਸੋ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਵੱਡਾ ਗਰੇਵਾਲ ਨੂੰ ਕਿਵੇਂ ਦਾ ਗਾਣਾ ਕਰਨਾ ਚਾਹੀਦਾ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਾ ਕੇ ਜ਼ਰੂਰ ਦੱਸਣਾ ਤੇ ਇਹੋ ਜੀਆਂ ਹੋਰ ਵੀ ਲੇਟੈਸਟ ਤੇ ਇੰਟਰਸਟਿੰਗ ਨਿਊਜ਼ ਜਾਣਨ ਦੇ ਲਈ ਤੁਸੀਂ ਸਾਡਾ YouTube ਚੈਨਲ gabru.com ਜ਼ਰੂਰ ਸਬਸਕ੍ਰਾਈਬ ਕਰਨਾ ਤੇ ਹੇਠਾਂ ਦਿੱਤੇ ਹੋਏ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਜ਼ਰੂਰ ਆਨ ਕਰ ਲੈਣਾ ਤੇ ਗਬਰੂ ਐਪ ਨੂੰ ਆਪਣੇ ਫੋਨਸ ਦੇ ਵਿੱਚ ਜ਼ਰੂਰ ਇੰਸਟਾਲ ਕਰਨਾ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗਬਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ